ਖਬਰ ਲੈਣੇ ਆ ਬਠਿੰਡਾ ਤੋਂ। ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਵੱਲੋਂ ਪੁਲਿਸ ਵੱਲੋਂ ਇੱਕ ਸਪਾ ਸੈਂਟਰ 'ਤੇ ਰੇਡ ਕੀਤੀ ਗਈ ਅਤੇ ਸੈਂਟਰ ਵਿੱਚੋਂ 4 ਲੜਕੇ ਅਤੇ 2 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਪੁਲਿਸ ਵੱਲੋਂ ਫੜਿਆ ਗਿਆ ਅਤੇ ਥਾਣਾ ਸਿਵਲ ਲਾਈਨ ਦੇ SHO ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਬਠਿੰਡਾ ਦੇ ਮਹੇਸ਼ਵਰੀ ਚੌਂਕ ਨੇੜੇ ਚੱਲ ਰਹੇ ਜਿਸਮ ਫਰੋਸੀ ਦਾ ਧੰਦਾ ਚੱਲ ਰਿਹਾ ਇਸ਼ਕੋ ਸੂਚਨਾ ਦੇ ਆਧਾਰ 'ਤੇ ਉਹਨਾਂ ਵੱਲੋਂ ਸਪਾ ਸੈਂਟਰ ਵਿਖੇ ਛਾਪਾਮਾਰੀ ਕੀਤੀ ਗਈ ਅਤੇ ਉਹਨਾਂ ਦੌਰਾਨ ਉਹਨਾਂ ਨੂੰ 2 ਲੜਕੇ ਅਤੇ 4 ਲੜਕੇ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਅਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਕਿਸੇ ਗੈਰ ਕਾਨੂੰਨੀ ਘਟਨਾ ਨਾਲ ਤਾਂ ਨਹੀਂ ਜੁੜੇ ਰਹੇ। ਥਾਣਾ ਸਿਵਲ ਲਾਈਨ ਦੇ SHO ਯਾਦਵਿੰਦਰ ਸਿੰਘ ਨੇ ਸਪਾ ਸੈਂਟਰ ਅਤੇ ਅਜਿਹੇ ਹੋਰ ਅਦਾਰਿਆਂ ਦੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪ੍ਰਸ਼ਾਸਨ ਤੋਂ ਬਣਦੀਆਂ ਪਰਮਿਸ਼ਨਾਂ ਲੈਣ ਤੋਂ ਬਾਅਦ ਹੀ ਕਾਰੋਬਾਰ ਕਰਨ। ਜੇਕਰ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੱਲ੍ਹ ਸਾਨੂੰ ਕੋਈ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਜਿਸ ਤਹਿਤ ਅਸੀਂ ASI ਦੀਵਾਨ ਚੰਦ ਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 345 ਇਮੋਰਲ ਟ੍ਰੈਫਿਕਿੰਗ ਐਕਟ। ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਇੱਥੇ ਕਿੰਗਸ ਨਾਮ ਦਾ ਸਪਾ ਹੈਗਾ ਜੀ, ਜਿੱਥੇ ਸਪਾ ਦੇ ਨਾਮ 'ਤੇ ਬੜਾ ਗਲਤ ਕੰਮ ਹੁੰਦਾ ਸੀ, ਜਿਸਮ ਪਰੋਸੀ ਦਾ ਕੰਮ ਹੁੰਦਾ ਸੀ, ਚਕਲਾ ਚੱਲਦਾ ਕਹਿ ਸਕਦੇ ਹਾਂ ਆਪਾਂ। ਉਸ ਦੇ ਵਿੱਚ ਅਸੀਂ ਕੁੱਲ 6 ਜਣਿਆਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ 2 ਲੇਡੀਜ਼ ਅਤੇ 4 ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ। ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਹਾ ਸੀ, ਇੱਥੇ ਕੀ ਕੰਮ ਹੁੰਦੇ ਸੀ, ਕੋਈ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ, ਜਾਂ ਕੌਣ ਕੌਣ ਬੰਦੇ ਆਉਂਦੇ ਸੀ, ਇਹਨਾਂ ਦਾ ਓਨਰ ਕੌਣ ਹੈਗਾ, ਇੱਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹੈਗੇ। ਸਾਰੇ ਬੰਦੇ ਅਰੈਸਟ ਹੋ ਕੇ ਰਹਿੰਦਾ ਜੀ ਫਿਲਹਾਲ? ਫੋਰ ਦਾ ਟਾਈਮ ਬੀਂਗ ਜਿੰਨਿਆਂ ਦੇ ਖਿਲਾਫ਼ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ। ਬੜੀ ਸਿੰਪਲ ਜੀ ਗੱਲ ਆ ਜੀ, ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ, ਕੰਸਰਨ ਡਿਪਾਰਟਮੈਂਟ ਦੇ ਲਾਈਸੈਂਸ, ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ, ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਚੱਲਦੇ, ਕੋਈ ਸਪਾ ਸੈਂਟਰ ਲਾ ਲਓ, ਕੋਈ ਸਲੂਨ ਲਾ ਲਓ, ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ, ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਅਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ, ਅਦਰਵਾਈਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਡੇ ਬਾਈ ਡੇ ਹੁੰਦੀ ਰਹੂ। ਲੇਡੀਜ਼ ਕਿੰਨੀਆਂ ਗ੍ਰਿਫਤਾਰ ਕੀਤੀਆਂ? ਇਹਨਾਂ 'ਚ 2 ਲੇਡੀਜ਼ ਗ੍ਰਿਫਤਾਰ ਕੀਤੀਆਂ ਜੀ। ਇੱਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਉਂਦੇ? ਨਹੀਂ, ਕੁਛ ਜਣੇ ਬਾਹਰੋਂ ਵੀ ਹੈਗੇ ਆ, ਬੁਢਲਾਡੇ ਤੋਂ ਹੈਗੇ, ਲੁਧਿਆਣੇ ਤੋਂ ਹੈਗੇ, ਅੱਡੋ ਅੱਡ ਥਾਵਾਂ ਤੋਂ ਜੀ, 4 ਜਣੇ ਲੋਕ ਹੈ। ਬਾਕੀ ਕਸਟਮਰ ਨੇ ਸਰ? 1 ਜਣਾ ਕਸਟਮਰ ਹੈ ਜੀ, 3 ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ। A1 ਪੰਜਾਬੀ TV ਤੋਂ ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ।